ਸਵਾਗਤ ਆ ਦੋਸਤੋ ਆਜ਼ਾਦ ਡੈਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 9780202013। ਅੱਜ ਦੀ ਵੀਡੀਓ ਦੋਸਤੋ ਪਿੰਡ ਸੰਗਤਪੁਰਾ, ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦਾ, ਜ਼ਿਲ੍ਹਾ ਦੋਸਤੋ ਮੋਗਾ ਰਹਿਣ ਦਾ। ਅੱਜ ਦੀ ਵੀਡੀਓ ਵਿੱਚ ਬਾਈ ਕੋਲ 4-5 ਨਗ ਵਿਕਾਊ ਆ, ਉਹਨਾਂ ਵਿੱਚੋਂ ਕੁਛ ਗੱਬਣਾ ਅਤੇ ਇੱਕ ਸੂਈ ਸਵਾਈ ਆ। ਡਿਟੇਲ ਆਪਾਂ ਪ੍ਰੋਪਰ ਬਾਈ ਤੋਂ ਲਵਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰਾਂਗੇ, ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਨਾਲ ਲੱਗਦਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚੇ, ਅਤੇ ਫੇਸਬੁੱਕ 'ਤੇ ਦੇਖਣ ਵਾਲੇ ਫੇਸਬੁੱਕ 'ਤੇ ਫੋਲੋ ਕਰ ਦਿਓ। ਅਤੇ ਇੱਕ ਰਿਕੁਐਸਟ ਹੋਰ ਕਰਾਂਗੇ ਵੀ ਕਈ ਵੀਰਾਂ ਦਾ ਫੋਨ ਆ ਜਾਂਦਾ ਵੀ ਪਸ਼ੂ ਤੁਹਾਡੇ ਕੋਲ ਆ। ਦੋਸਤੋ ਮੇਰਾ ਕੰਮ ਵੀਡੀਓ ਬਣਾਉਣਾ, ਵੀ ਮੇਰਾ ਕੋਈ ਵਪਾਰ ਦਾ ਕੰਮ ਨਹੀਂ ਜਾਂ ਪਸ਼ੂ ਖਰੀਦਣ ਵੇਚਣ ਦਾ ਨਹੀਂ। ਜਿਹੜਾ ਵੀ ਮਾਲ ਵੀ ਵੇਚਣਾ ਹੁੰਦਾ ਪਸ਼ੂ, ਉਹ ਬਾਈ ਦੇ ਵੱਲੋਂ ਡਿਟੇਲ ਦਿੱਤੀ ਜਾਂਦੀ ਅਤੇ ਉਹ ਨਹੀਂ ਵੇਚਣਾ ਹੁੰਦਾ। ਮੈਂ ਸਿਰਫ ਦੋਸਤੋ ਵੀਡੀਓ ਬਣਾਉਣੀ ਆ ਅਤੇ ਤਸੱਲੀ ਪਰਖ ਵੀ ਤੁਸੀਂ ਕਰਨੀ ਆ ਬਾਈ ਦੇ ਘਰੋਂ, ਕਿਉਂਕਿ ਸਾਹ ਵਾਲੀ ਚੀਜ਼ ਆ। ਆ ਜੀ ਬਾਈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ ਦੱਸ ਦਿਓ ਜੀ। ਨਾਮ ਬਾਈ ਮੇਰਾ ਅੰਗਰੇਜ਼ ਆ, ਪਿੰਡ ਸੰਗਤਪੁਰਾ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ ਜੀ। ਮੋਬਾਈਲ ਨੰਬਰ ਬੋਲ ਦਿਓ ਜੀ। 9780202497। ਇੱਕ ਵਾਰੀ ਹੋਰ ਬੋਲ। 9780202497। ਠੀਕ ਹੈ ਜੀ। ਨੰਬਰ ਦੋਸਤੋ ਬਾਈ ਦਾ ਸਕਰੀਨ 'ਤੇ ਚੱਲਦਾ ਰਹਿਣਾ, ਥੱਲੇ ਪਾਸੇ ਸ਼ੁਰੂ ਕਰ ਲੱਗੇ ਵੀ ਇੱਕ ਨੰਬਰ ਕਿੱਧਰੋਂ ਕਰਨੀ ਸ਼ੁਰੂ ਕਰ। ਇੱਥੋਂ ਕਰ ਲਓ ਜਰਸੀ ਤੋਂ ਬਾਈ। ਇਹਦੀ ਕੀ ਡਿਟੇਲ ਆ ਬਾਈ? ਇਹ ਵੀਰੇ ਦੂਜਾ ਸੂਆ ਸੁਣਦੀ ਹੈ ਜਰਸੀ। ਠੀਕ ਆ। ਇੱਕ ਮਹੀਨਾ ਦਾ ਸੁਣਦਾ ਬਾਕੀ ਆ। ਠੀਕ ਆ। ਹਾਂ ਠੀਕ ਆ। ਪੂਰਾ ਵੀਰੇ ਮਹੀਨਾ ਰਹਿੰਦਾ, ਜਿਹੜਾ ਵੀਰ ਲਊਗਾ ਆਪਣੇ ਘਰੋਂ ਡਾਕਟਰ ਕੋਲ ਚੈੱਕ ਕਰਾ ਕੇ ਲਿਆ ਸਕਦਾ। ਉਹਨਾਂ ਦੀ ਆਪਣੀ ਗਰੰਟੀ ਵੀ, ਜਿਹੜਾ ਵੀਰ ਲਊਗਾ ਪਠਾਣ ਵੀ ਪਾਸ ਕਰਾ ਕੇ ਬੈਠ ਦੇ ਦਵਾਂਗੇ। ਠੀਕ ਆ। ਸੀਮਨ ਕਿਸੇ ਦਾ ਪਤਾ ਨਹੀਂ ਕਿਹੜਾ ਸਰਕਾਰੀ ਲੱਗਿਆ। ਠੀਕ ਆ, ਸਹੀ ਆ। ਧੋਰ ਦੀ ਮੜਾ ਜਾ, ਪਿਛਲੇ ਸੂਏ ਦੁੱਧ ਰਿਕਾਰਡ ਕੀ ਰਿਹਾ? 14 ਲੀਟਰ ਦੱਸਿਆ ਵੀਰੇ ਮਾਲਕਾਂ ਨੇ, ਵੀ 14 ਲੀਟਰ ਦਿੱਤਾ ਨੇ 7-7 ਕਿਲੋ। ਠੀਕ। ਹੁਣ ਦੂਜਾ ਸੂਆ ਸੂਗੀ। ਸਹੀ ਆ ਦੋਸਤੋ, ਦੂਜਾ ਸੂਆ ਸੁਣਦੀ ਆ, ਜਰਸੀ ਆ, ਮਹੀਨੇ ਦੀ ਕੱਚੀ ਆ। ਪਿਛਲੇ ਸੂਏ 14-15 ਕਿਲੋ ਤੋਂ ਦਿੱਤਾ ਗਾ ਮਹੀਨੇ ਦੀ, ਡਾਕਟਰ ਤੋਂ ਤੁਸੀਂ ਚੈੱਕ ਕਰਾ ਸਕਦੇ ਹੋ, ਮਹੀਨਾ ਰਹਿੰਦਾ ਗਾ ਬਾਈ ਵੱਲੋਂ ਚੈੱਕ ਆ, ਤੇ ਤੁਸੀਂ ਚੈੱਕ ਕਰਾ ਕੇ ਲਿਜਾਇਓ, ਭਾਵੇਂ ਡਾਕਟਰ ਦਾ ਨਾਲ ਲਿਓ ਭਾਵੇਂ ਇੱਥੇ ਲਿਓ, ਥਣਾ ਵੱਲੋਂ ਓਕੇ ਆ। ਬਾਕੀ ਸਾਨੂੰ ਤੁਸੀਂ ਚੈੱਕ ਵੀ ਕਰ ਸਕਦੇ ਹੋ, ਬਾਈ ਚੈੱਕ ਕਰਾ ਦੂਗਾ, ਕੱਦ ਕਾਟ ਵੀ ਸੋਹਣਾ ਗਾ ਤੇ ਹਵਾਲੇ ਦੀ ਜੱਜਮੈਂਟ ਦੋਸਤੋ ਮਹੀਨੇ ਵਾਂਗੂ ਕੱਚੀ ਆ, ਤੇ ਉਹ ਹਿਸਾਬ ਨਾਲ ਕਰਿਓ। ਬਾਕੀ ਦੁੱਧ ਜਿੰਨਾ ਤੁਸੀਂ ਲੈਣਾ ਉਹ ਤੁਹਾਡੀ ਸੇਵਾ ਦਾ, ਹਜੇ ਕੁਛ ਨਹੀਂ ਕਹਿ ਸਕਦੇ ਕਿਉਂਕਿ ਮਹੀਨਾ ਲੈ ਜਾਊਗੀ ਲਗਭਗ। ਥਣਾ ਦੀ ਓਕੇ, ਨੇੜੇ ਤੋਂ ਥਣ ਦਿਖਾ ਦਿੰਦੇ, ਥਣਾ ਦੇ ਸਾਈਜ਼ ਦੇਖ ਲਓ ਤੁਸੀਂ। ਸਹੀ ਆ, ਫੇਸ ਕੁਆਲਿਟੀ ਵਧੀਆ। ਠੀਕ ਆ, ਸਹੀ ਆ। ਤੇ ਬਈ ਇਹਦਾ ਮੁੱਲ ਕੀ ਰਹਿਣ ਵਾਲਾ ਹੈਗਾ? ਮੁੱਲ ਵੀਰੇ ਵੱਛੀਆਂ ਵਾਲਾ ਹੀ ਆ, ਮੁੱਲ 30,000 28,000 ਦੀ ਵੱਛੀ ਦੇ ਦਾਂਗੇ। ਠੀਕ ਆ। ਹਾਂ, ਮਾਨਤਨ ਕਰ ਦੋਗੇ? ਕੋਈ ਨਾ, ਕਰ ਦਾਂਗੇ ਮੌਕੇ ਤੇ, ਮਾਨਤਨ ਹੋ। ਠੀਕ ਆ, ਸਹੀ ਆ ਦੋਸਤੋ। 30,000 ਮੁੱਲ ਆ, 28 ਦੀ ਦੇ ਦੇਣੀ ਆ, ਮਾਨਤਨ ਤੁਹਾਡਾ ਹੋ ਜੂ। 2 ਨੰਬਰ ਤੇ ਚੱਲ ਗਏ ਬਈ। ਇਹਨਾਂ ਬਾਈ ਜਿਹੜੀਆਂ ਗੱਭਣਾ, ਇਹਨਾਂ ਦੇ ਸੀਮਨ ਰਿਕਾਰਡ ਪਤਾ ਆਪਾਂ ਨੂੰ ਕਿ ਨਹੀਂ? ਨਹੀਂ ਵੀਰੇ, ਕੋਈ ਪਤਾ ਨਹੀਂ ਹੈ, ਮੈਂ ਗੱਪ ਮਾਨ ਦਾ ਕੋਈ ਫਾਇਦਾ ਨਹੀਂ। ਆਹ ਇਹਦਾ ਤਾਂ ਸਰਕਾਰੀ ਟੀਕਾ ਲੱਗਿਆ ਵਾ, ਹੁਣ ਬੱਚਾ ਵੇਖੋ ਕਹੋ ਜਿਹਾ ਦਊਗੀ, ਹੈ ਨਾ? ਉਹਨਾਂ ਨੇ ਆਖਿਆ ਵੀ ਚੰਗਾ ਕਿਹਾ, ਡਾਕਟਰ ਦੱਸਦਾ ਆ। ਠੀਕ ਆ। ਹਾਂ, ਤੀਜਾ ਸੂਆ ਵੀਰੇ ਸੋਨਾ ਬੈਡ ਨੇ। ਇਹ ਬੈਡ ਆਪਣੇ ਕੋਲ ਪਿਛਲੀ ਕਿਸੇ ਵੀ ਵੀਡੀਓ ਪਾਈ ਸੀ, ਕੱਚੀ ਦੀ ਪਾਈ ਸੀ, ਹੁਣ ਬੈਡ ਕਰਮ ਵਾਲੀ ਲਾਏ ਪਈ ਆ। ਹੁਣ ਮੰਨ ਕੇ ਚੱਲ ਵੀ ਇੱਕ ਹਫ਼ਤੇ ਦੇ ਵਿੱਚ ਬੱਚਾ ਰੱਖ ਦੂਗੀ ਕਰਮ ਵਾਲੀ। ਠੀਕ ਆ। ਮੰਡ ਲਾ ਕੇ ਸੂਗੀ ਬਾਈ, 25-26 ਕਿਲੋ ਵੀਰੇ ਦੂਜੇ ਸੂਏ ਦੁੱਧ ਚਵਾਇਆ ਨੇ, ਹੁਣ ਤੀਜਾ ਸੂਆ ਸੁਣਦੀ ਆ। ਠੀਕ ਆ। ਥਣਾ ਥੁਣਾ ਦੀ ਕਿਵੇਂ? ਥਣਾ ਦੀ ਵੀਰੇ ਗਰੰਟੀ ਹੋਊਗੀ, ਬਾਕੀ ਜਿਹੜਾ ਵੀਰ ਲਊਗਾ ਮੇਰੇ ਘਰੇ ਮੈਂ ਦਸਾਂ ਬੰਦਾ ਤੁਸਾਂ ਪਾਸ ਕਰਾ ਕੇ ਲੈ ਕੇ ਜਾਵੇ। ਠੀਕ ਆ। ਹਾਂ ਸਹੀ ਆ। ਤੋਰ ਦੀ ਦੋਸਤੋ, ਤੀਜਾ ਸੂਆ ਸੁਣਦੀ ਆ, ਤੇ ਦੂਜਾ ਸੂਆ ਇਹਨੇ 26-27 ਕਿਲੋ ਦੁੱਧ ਦਿੱਤਾ ਹੋਇਆ, ਹਫ਼ਤੇ ਦੀ ਕੱਚੀ ਆ। ਹਫ਼ਤੇ ਦੇ ਵਿੱਚ ਵਿੱਚ ਇਹਨੇ ਸੂ ਪੈਣਾ ਹੈਗਾ, ਹਵਾਨਾ ਸੋਹਣਾ ਤਿਆਰ ਕੀਤਾ, ਕੱਦ ਕਾਠ ਵੀ ਸੋਹਣਾ ਹੈਗਾ, ਥਣਾ ਦੀ ਓਕੇ ਆ। ਸਹੀ ਆ। ਬਾਕੀ ਤੁਸੀਂ ਚੈੱਕ ਕਰਾ ਕੇ ਲਿਜਾ ਸਕਦੇ ਹੋ। ਹਵਾਨੇ ਦੀ ਧੱਕ ਦੋਸਤੋ ਅੱਗੇ ਨੂੰ ਵੀ ਤੁਹਾਨੂੰ ਦੱਸਦੀ ਹੋਣੀ ਆ, ਤੇ ਪਿੱਛੇ ਤੋਂ ਵੀ ਦਿਖਾ ਰਹੇ ਹਾਂ, ਕੱਦ ਖੜ ਵੀ ਸੋਹਣਾ ਹੈਗਾ, ਵਜਨ ਵੁਜਨ ਵੀ ਬਹੁਤ ਆ ਦੋਸਤੋ, ਹੱਡਾਂ ਪੈਰਾਂ ਦੀ ਵੀ ਖੁੱਲੀ ਆ, ਬਾਡੀ ਢਾਂਚਾ ਵੀ ਸੋਹਣਾ ਹੈਗਾ, ਦੇਖ ਸਕਦੇ ਹੋ ਬਾਈ ਦੇ ਕੱਦ ਖੜ ਤੋਂ ਵੀ ਅੰਦਾਜ਼ਾ ਲਾ ਲਓ, ਬਲੈਕ ਕਲਰ 'ਚ ਪੈਂਦੀ ਆ।
ਚੰਗੀ ਨਿਗਰ ਪਈ ਆ। ਅੱਗੇ ਨੂੰ ਵੀ ਹਵਾਨਾ ਚੰਗਾ ਦਿੰਦਾ ਤੁਹਾਨੂੰ ਫੋਟੋ ਨੂੰ, ਤੇ ਉਹ ਵੀ ਨੇੜੇ ਜਾ ਕੇ ਦਿਖਾ ਦਿੰਦੇ ਆ, ਪਿੱਛੇ ਤੋਂ ਵੀ ਤੁਹਾਨੂੰ ਥਾਣਾ ਦੇ ਸਹਿਤ ਚੈੱਕ ਕਰਾ ਦਿੰਦੇ। ਬਾਕੀ ਦੁੱਧ ਦੋਸਤੋ ਹੁਣ ਤੁਸੀਂ ਦੇਖਣਾ ਵੀ ਕਿੰਨਾ ਕੁ ਤੋਂ ਲੈ ਸਕਦੇ ਹੋ, ਤੁਹਾਡੀ ਸੇਵਾ ਦਾ ਦੁੱਧ ਰਹਿਣ ਵਾਲਾ ਦੋਸਤੋ। ਲਓ ਜੀ ਹਵਾਨਾ ਚੈੱਕ ਕਰ ਲਓ ਦੋਸਤੋ, ਇਧਰਲੀ ਸਾਈਡ ਦੀ ਦਿਖਾ ਦਿੰਦੇ। ਅੱਗੇ ਨੂੰ ਵੀ ਦੋਸਤੋ ਹਵਾਨਾ ਤੁਹਾਨੂੰ ਚੰਗਾ ਦਿਸਦਾ ਹੋਣਾ। ਇਹਦਾ ਬਾਈ ਮੁੱਲ ਕੀ ਰਹਿਣ ਵਾਲਾ ਹੈਗਾ? ਮੁੱਲ ਬਾਈ ਯਾਰ ਜੇ ਮੁੰਡੀਆਂ ਮੁੰਡੀਆਂ ਜਾਈਦਾ, ਮੈਂ ਤਾਂ ਕੱਲ੍ਹ ਮੇਲਾ ਵੇਖਣ ਗਿਆ ਸੀ, ਲੋਕ ਉਹ ਜੀ ਵੇਹੜਦਾ ਤਾਂ ਸਵਾ ਸਵਾ ਲੱਖ ਰੁਪਈਏ ਮੁੱਲ ਕਰੀ ਜਾਂਦੇ ਮੰਡੀਆਂ ਤੇ। ਠੀਕ ਹੈ ਠੀਕ ਹੈ, ਆਪਾਂ ਮੁੱਲ ਕਰਾਂਗੇ ਵੀਰੇ ਇਹਦਾ 75,000 ਵਿੱਚੋਂ ਮਾਨ ਤਾਨ ਕਰ ਦਾਂਗੇ। ਠੀਕ ਹੈ ਠੀਕ ਹੈ ਦੋਸਤੋ, 75,000 ਇਹਦਾ ਮੁੱਲ ਮਾਨ ਤਾਨ ਤੁਹਾਡਾ ਹੋ ਜੂਗਾ। ਬਾਕੀ ਬਾਈ ਠੰਡੀ ਆ ਨਹੀਂ ਗੱਲ ਹੈ ਜੀ, ਥੋੜ੍ਹਾ ਕੈਮਰੇ ਤੋਂ ਡਰਦੀ ਹੈ ਕੰਮ ਵਾਲੀ। ਆਹ ਦੇਖੋ ਰਬੜ ਮੁੰਡੇ ਦਾ ਵਾਧਾ ਬਾਈ, ਐਂ ਕਹੋ ਉੱਥੇ ਡਿਗੂਲੇ ਵੀਰੇ ਜਦੋਂ ਕਰਮ ਵਾਲੀ ਦਾ ਟਾਈਮ ਆ ਗਿਆ ਸੂਣ ਦਾ, ਹੰਡ ਲਾ ਕੇ ਲੇਵੀ ਦੀ ਸੂਗੀ ਡਬਲ ਬੈਡ ਆ ਵੀਰੇ। ਹਾਥੀ ਇਹਦਾ ਬੱਚਾ ਹੀ ਆ, ਕੋਈ ਛੋਟੀ ਨਾ ਸਮਝ ਕੇ ਆ ਜੇ, 5 ਫੁੱਟ ਇਕੱਲਾ ਕੱਦ ਹੋਊਗਾ ਜਮਾ ਇਹਦਾ, ਫੁੱਲ ਸਾਈਜ਼ ਬੈਡ ਆ। ਅੱਗੇ ਚੱਲ ਗਏ ਬਾਈ 3 ਨੰਬਰ ਤੇ, ਇਹਦੀ ਕੀ ਡਿਟੇਲ ਆ? ਇਹ ਵੀਰੇ ਦੂਜਾ ਸੂਆ ਸੂੰਦੀ ਆ, ਜਰਸੀ ਦਾ ਪੱਖ ਲੱਗਦੀ, ਜਰਸੀ ਕਿਸਮ ਚ ਆ ਗਈ, ਥੋੜਾ ਰੰਗ ਕੌਫੀ ਚ ਆ ਗਿਆ। ਠੀਕ ਆ ਹਾਂਜੀ, ਯਾਨੀ ਜਰਸੀ ਜੀ ਪੈਂਦੀ ਆ? ਜਰਸੀ ਆ ਬਾਈ, ਸਹੀ ਮੈਨੂੰ ਦੱਸਿਆ ਜਿਹੜਾ ਹੈ ਹੀ ਜਰਸੀ ਆ। ਠੀਕ ਆ, ਕਾਫੀ ਕਲਰ ਜਰਸੀ ਆ ਗਈ। ਠੀਕ ਆ, ਥਾਣਾ ਥਾਣਾ ਦੀ ਵੀਰੇ ਓਕੇ ਹੋ ਗਈ। ਠੀਕ ਆ, ਇਹ ਕੀ ਰਿਕਾਰਡ ਕੋਈ ਆਂਦੇ ਕਰਮ ਵਾਲੀ ਦਾ ਬਾਈ? ਪਹਿਲੇ ਸੂਆ ਦੱਸਿਆ ਮਾਲਕਾਂ ਨੇ 18-19 ਕੁਲ ਦਾ ਤੇ ਚੋਇਆ ਇਹਦੇ ਤੋਂ। ਠੀਕ ਆ, ਹੁਣ ਦੂਜਾ ਸੂਆ ਕਰਮ ਕਿੰਨੇ ਦਿਨ ਲੈ ਜਾਂਦੀ ਆ? ਵੀਰੇ 7 ਦਿਨ ਦਾ ਤੇ ਉਹ ਪਏ ਆ, ਮੰਨ ਕੇ ਚੱਲ ਪਸ 2 ਦਿਨ ਉੱਤੇ ਵੀ ਲੈ ਮੰਨ ਲਿਆ, 10 ਦਿਨ ਵਿੱਚ ਕੱਢੂਗੀ। ਠੀਕ ਆ ਸਹੀ ਆ, ਥਾਣਾ ਥੁਣਾ ਦੀ? ਥਾਣਾ ਦੀ ਵੀਰੇ ਗਰੰਟੀ ਹੋਊਗੀ ਆਪਣੇ ਘਰ ਦੀ। ਠੀਕ ਆ, ਜਿਹੜਾ ਵੀਰ ਲਊਗਾ, ਮੈਂ ਹਰੇਕ ਵੀਡੀਓ 'ਚ ਕਹਿੰਦਾ ਵੀਰੇ ਸਾਡੀਆਂ ਘਰ ਦੀਆਂ ਨਹੀਂ ਗਾਹਾਂ ਆਉਂਦੀਆਂ, ਬਈ ਮੇਰੇ ਘਰੋਂ ਨਰਕ ਪਾਰਖ ਕਰਕੇ ਆਪ ਲੈ ਕੇ ਜਾਇਆ ਕਰੋ। ਜਿਹੜੇ ਵੀਰ ਨੂੰ ਨਹੀਂ ਪਤਾ ਵੀ ਚੰਗੇ ਸਮਝਦਾਰ ਬੰਦੇ ਨਾਲ ਲੈ ਕੇ ਆਇਆ ਕਰੋ, ਕਿਉਂਕਿ ਸਾਡੀਆਂ ਵੀਰੇ ਗਾਹਾਂ ਹੀ ਆਉਂਦੀਆਂ। ਸਹੀ ਆ ਦੋਸਤੋ, ਦੂਜਾ ਸੂਆ ਸੁਣਦੀ ਆ ਜਰਸੀ 'ਚ ਪੈਂਦੀ ਆ, ਹਫ਼ਤੇ ਦੀ ਕੱਚੀ ਆ ਡੇਟ ਮੁਤਾਬਕ, ਫੁੱਲ ਸਾਈਜ਼ ਆ ਵੀਰੇ ਜਰਸੀ ਕਿਸਮ ਦਾ। ਸਹੀ ਆ, ਹੋ ਸਕਦਾ ਦਿਨ ਦੋਸਤੋ ਬਈ ਇਹਦਾ ਉੱਤੇ ਲੈ ਜੇ, ਹੋ ਸਕਦਾ ਘੱਟ ਲੈ ਜੇ, ਪਰ ਡੇਟ ਮੁਤਾਬਕ 7 ਦਿਨ ਕੱਚੀ ਆ। ਥਾਣਾ ਦੀ ਸੋਹਣੀ ਆ, ਥਾਣਾ ਦੀ ਵੀ ਸਾਫ਼ ਸੁਥਰੀ ਆ, ਸੋਹਣਾ ਥਣ ਲੱਗਿਆ ਹੱਥੀ ਚਵਾਈ ਵਾਲਾ, ਤੇ ਹਵਾਨੇ ਦੀ ਜੱਜਮੈਂਟ ਦੋਸਤੋ ਤੁਸੀਂ ਹਫ਼ਤੇ ਦੇ ਹਿਸਾਬ ਨਾਲ, ਕੱਚੀ ਦੇ ਹਿਸਾਬ ਨਾਲ ਕਰ ਲਿਓ, ਕਿ ਪਿਛਲੇ ਸੂਏ ਇਹਦਾ ਦੁੱਧ 17-18 ਕਿਲੋ ਪਾਇਆ ਹੋਇਆ। ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਦਾ ਰਹੂਗਾ। ਤੇ ਇੱਕ ਗੱਲ ਬਾਈ ਨੇ ਕਰਤੀ ਵੀ ਜਿਹੜਾ ਵੀ ਤੁਸੀਂ ਨਗ ਲੈਣਾ ਤਸੱਲੀ ਪਰਖ ਤੁਸੀਂ ਕਰਨੀ ਆ ਬਾਈ ਦੇ ਘਰੋਂ ਕਰ ਲਿਆ ਕਰੋ, ਕਿ ਜੇ ਤੁਹਾਨੂੰ ਆਪ ਜ਼ਿਆਦਾ ਨੌਲੇਜ ਨਹੀਂ ਹੈਗੀ ਤਾਂ ਕਿਸੇ ਸੂਝਵਾਨ ਬੰਦੇ ਨੂੰ ਨਾਲ ਲਿਆ ਕੇ ਤਸੱਲੀ ਪਰਖ ਕਰ ਸਕਦੇ ਹੋ, ਕਿਉਂਕਿ ਦੋਸਤੋ ਸਾਰੀ ਚੀਜ਼ ਆ ਇਹ ਘੱਟ ਵੀ ਸਕਦੀ ਹੈ ਤੇ ਵੱਧ ਵੀ ਸਕਦੀ ਆ, ਜਿਹੋ ਜਿਹਾ ਤੁਹਾਡੀ ਸਾਂਭ ਸੰਭਾਲ ਆ ਦੋਸਤੋ ਉਹੋ ਜਿਹਾ ਹੋ ਸਕਦਾ। ਇਸ ਲਈ ਪੈਸਾ ਤੁਸੀਂ ਲਾਉਣਾ ਤੁਹਾਡਾ ਹੱਕ ਬਣਦਾ। ਥਾਣਾ ਦੇ ਸਾਈਜ਼ ਦਿਖਾ ਦਿੰਦੇ ਆ, ਨੇੜੇ ਤੋਂ ਵੀ ਸੋਹਣੇ ਆ ਤੇ ਮਿਲਕ ਵੇਣ ਵੀ ਸੋਹਣੀ ਆਉਂਦੀ ਆ। ਫੇਸ ਕੁਆਲਿਟੀ ਦਿਖਾ ਦੀ ਕੋਈ ਇੱਕ ਵਾਰੀ ਜੀ ਮਰੇ ਯਾਰ, ਰੰਗ ਹੀ ਗੱਲਾ ਕਾਫੀ ਆ, ਹੈ ਕਸਮ ਜਰਸ ਕੋਈ ਆ। ਠੀਕ ਆ ਸਹੀ ਆ, ਤੇ ਇਹਦਾ ਮੁੱਲ ਬਾਈ ਜੀ? ਪਸ਼ੂ ਹੁਣ ਖਫਣਾ ਮੇਰੇ ਕੋਲ 5 ਗਊਆਂ ਆਪਾਂ ਸਿਆਉਣੇ ਵਰਗੀਆਂ ਕਰਕੇ ਆਪਦੇ ਘਰੇ ਲਿਆਂਦੀਆਂ। ਠੀਕ ਆ, ਸਿਆਉਣੇ ਵਰਗੀਆਂ ਕਰਕੇ ਗਾਂ ਦਵਾਂਗੀ। ਠੀਕ ਆ ਠੀਕ ਆ, ਥਣੋ ਪਾਣੀ ਦਾ ਨਾਲ ਲਿਆਂਦੀ ਤੇ ਨਾਲ ਲਿਆਗੀ ਆਪਾਂ, ਬਾਕੀ ਆ ਜਾਂ ਉਹਦੇ ਪਸ਼ੂ ਰੱਖਦੇ ਆ। ਥਣਾ ਦੀ ਜੇ ਕੋਈ ਹੁੰਦੀ ਆ ਘੂਰ ਸਿੱਟਾ ਹੁੰਦਾ ਆਪਾਂ ਫੋਨ ਤੇ ਦੱਸ ਦਈਦਾ। ਠੀਕ ਆ ਹਾਂਜੀ, ਤੇ ਇਹਦਾ ਮੁੱਲ ਕੀ ਰੱਖਿਆ? ਮੁੱਲ ਵੀਰ ਇਹਦਾ 58,000 ਰੁਪਈਆ। 58,000 ਹਾਂਜੀ, ਮਾਨਤਾਨ ਹੋ ਜੂਗਾ? ਮਾਨਤਾਨ ਵਿੱਚੋਂ ਕਰਾਂਗੇ। ਠੀਕ ਆ ਸਹੀ ਆ, ਅੱਗੇ ਚੱਲਦੇ ਦੋਸਤੋ, 58,000 ਮਾਨਤਾਨ ਤੁਹਾਡਾ ਹੋ ਜੂਗਾ। 4 ਨੰਬਰ ਤੇ ਇਹਦੀ ਕੀ ਡਿਟੇਲ ਆ? ਇਹ ਮੇਰੇ ਮਾਲਕ ਨੇ ਦੂਜਾ ਸੂਆ ਕਹਿ ਕੇ ਦਿੱਤੀ ਆ, ਕੋਈ ਦੂਜਾ ਮੰਨ ਲਿਆ ਕੋਈ ਤੀਜਾ ਮੰਨ ਲਿਆ, ਆਪਣੀ ਘਰ ਦੀ ਨਹੀਂ ਹੈਗੀ। ਠੀਕ ਆ, ਕਿੰਨਾ ਸਮਾਂ ਲੈਂਦੀ ਆ? ਸਮਾਂ ਵੀਰੇ ਮੰਨ ਕੇ ਚੱਲ ਇਹਦਾ ਵੀ 1 ਹਫ਼ਤਾ ਹੀ ਬਾਕੀ ਆ, ਲਾਏ ਪਈ ਵੀ ਬੱਚੀ ਸੌਖਣਾ ਦੁੱਧ ਲੈ ਵਾਸਤੇ ਫਿਰ ਭਰਦੀ ਆਉਂਦੀ ਆ, ਗੁਲਾਬੀ ਥਾਣਾ ਮੁੱਠੀ ਚਵਾਈ ਵਾਲਾ। ਠੀਕ ਆ, ਮਾਰਦੇ ਮੜਾ ਥਣਾ ਤੇ ਕੈਮਰਾ ਥੱਲੇ ਬੈ ਕੇ ਕੀ ਰਿਕਾਰਡ ਕੁੜ ਰਿਹਾ ਹੈ? ਰਿਕਾਰਡ ਬਈ 18 ਲੀਟਰ ਦਾ ਪਹਿਲੇ ਸੂਆ ਦੱਸਿਆ ਉਹਨਾਂ ਨੇ। ਠੀਕ ਆ, ਥਣਾ ਦੀ ਓਕੇ, ਥਣਾ ਦੀ ਗਾਰੰਟੀ ਹੋਊਗੀ ਵੀਰੇ ਹਰੇਕ ਪਸ਼ੂ ਦੀ ਆਪਣੀ। ਠੀਕ ਸਹੀ ਆ,
ਦੋਸਤੋ ਦੂਜਾ ਸੂਆ ਦੱਸਾਂ ਮਾਲਕਾਂ ਨੇ ਪਾਈਆਂ ਦਾ, ਭਾਵੇਂ ਤੁਸੀਂ ਤੀਜਾ ਮੰਨ ਲਓ। ਪਿਛਲੇ ਸੂਏ 18 ਕਿਲੋ ਦੁੱਧ ਦਾ ਦਿੱਤਾ ਹੋਇਆ ਹੈਗਾ, ਵਜਨ ਵੁਜਨ ਇਹਦਾ ਵੀ ਚੰਗਾ ਹੈਗਾ, ਦੇਖ ਸਕਦੇ ਨਿੱਗਰ ਪਈ ਆ, ਹਫ਼ਤਾ ਲਿਆਂਦੀ ਡੇਟ ਮੁਤਾਬਕ। ਬਾਕੀ ਹੋ ਸਕਦਾ ਦਿਨ ਘੱਟ ਲੈ ਜੇ ਵੱਧ ਲੈ ਜੇ, ਪਰ ਡੇਟ ਮੁਤਾਬਕ ਹਫ਼ਤਾ ਪਿਆ ਦੋਸਤੋ ਇਹਦਾ। ਬਾਈ ਡਬਲ ਗਾਂ ਕਰਮ ਵਾਲੀ ਪਲੀ ਬਹੁਤ ਆ, ਕੋਈ ਲੱਸੀ ਨਵੀਂ ਨਾ ਕਹੂਗਾ, ਕੋਈ ਥਾਣਾ ਚ ਗਲਤੀ ਨਾ ਕੱਢੂਗਾ, ਥਾਣਾ ਦੀ ਆਪਣੀ ਗਰੰਟੀ ਹੋਊਗੀ, ਥਾਣਾ ਦੀ ਓਕੇ ਆ। ਠੀਕ ਆ, ਹਰੇਕ ਪਸ਼ੂ ਥਾਣਾ ਦਾ ਓਕੇ ਹੋਊਗਾ ਬਾਈ। ਜੱਜਮੈਂਟ ਦੋਸਤੋ ਤੁਸੀਂ ਲਾਉਣੀ ਆ ਵੀ ਕਿੰਨਾ ਕੁ ਦੁੱਧ ਤੁਸੀਂ ਇਹ ਤੋਂ ਲੈ ਸਕਦੇ ਹੋ। ਦੁੱਧ ਦੋਸਤੋ ਤੁਹਾਡੀ ਸੇਵਾ ਦਾ ਰਹਿੰਦਾ ਹੈਗਾ, ਜਿੰਨੀ ਤੁਸੀਂ ਸਾਂਭ ਸੰਭਾਲ ਕਰੋਗੇ। ਲਓ ਜੀ ਦੇਖ ਸਕਦੇ ਥਾਣਾ ਸਾਹਿਬ ਨੇੜੇ ਤੋਂ ਦਿਖਾ ਰਹੇ, ਜਿਹੜਾ ਮੇਰਾ ਕੰਮ ਆ ਤੁਹਾਨੂੰ ਨੇੜੇ ਤੋਂ ਦਿਖਾਉਣਾ। ਇੱਧਰੋਂ ਵੀ ਦੇਖ ਲਓ, ਮਿਲਕਮੈਨ ਵੀ ਚੰਗੀ ਤਰ੍ਹਾਂ ਕਰੀ ਹੋਣੀ ਤੇ ਬਾਈ ਇਹਦਾ ਮੁੱਲ ਕੀ ਰਹਿਣਾ ਲੱਗਾ? ਮੁੱਲ ਵੀਰੇ ਦੋਨਾਂ ਵਿਹੜਾਂ ਦਾ ਸੇਮ ਹੀ ਹੈ, 58,000 ਦੀ ਮੁੱਲ ਇਹਦਾ। ਅੱਛਾ, ਤਿੰਨਾਂ ਦਾ ਸੇਮ ਹੀ ਹੈ 58,000? ਨਹੀਂ, ਦੋਨਾਂ ਦਾ ਜੋੜੇ ਦਾ 58,000। ਅੱਛਾ ਠੀਕ ਆ, ਜੋੜੇ ਦਾ 58,000। ਠੀਕ ਆ, ਮਾਨ ਤਾਨ ਦੋਸਤੋ ਤੁਹਾਡਾ ਹੋ ਜਾਊਗਾ 58,000। ਉਹਨਾਂ ਹੀ ਲਿਆ ਵੀਰੇ ਨੇ ਅੱਗੇ ਨੂੰ ਕੱਢਣਾ, ਉਹਨਾਂ ਹੀ ਪਿੱਛੇ ਨੂੰ, ਵਾਲ ਢਿੱਲਾ ਕਰਮ ਵਾਲੀ ਬਹੁਤ ਲਈ ਫਿਰਦੀ ਹੈ ਪਿੱਛੇ। ਠੀਕ ਆ, ਸਹੀ ਆ ਸਹੀ ਆ ਦੋਸਤੋ, ਦੇਖ ਸਕਦੇ ਹੋ ਮਾਨਤਨ ਕਰ ਦੋਗੇ? ਹਾਂ ਬਈ 58 ਚ ਮਾਨਤਨ ਕਰਾ। ਠੀਕ ਹੈ, ਸਹੀ ਹੈ ਦੋਸਤੋ, ਮਾਨਤਨ ਤੁਹਾਡਾ ਹੋ ਜੂ। ਨੰਬਰ ਬਈ ਦਾ ਸਕਰੀਨ ਤੇ ਚੱਲੂਗਾ, ਅੱਗੇ ਚੱਲਦੇ ਆ ਬਈ। 5 ਨੰਬਰ ਇਹਦੀ ਕੀ ਡਿਟੇਲ ਆ ਬਈ? ਇਹ ਵੀਰੇ ਦੂਜਾ ਸੂਆ ਸੂਈ ਆ ਸੁਭਾਈ। ਅੱਛਾ ਸੁਭਾਈ ਸੂਈ, ਜੇਰ ਕਿਵੇਂ ਦੀ? ਜੇਰਾ ਬਈ ਬਈ ਬੱਠਾ ਚ ਮਾਰਦੇ ਕੈਮਰਾ। ਠੀਕ ਹੈ, ਸਹੀ ਹੈ ਦੋਸਤੋ, ਜੇਰ ਪੈ ਚੁੱਕੀ ਸਾਹਮਣੇ ਦੇ ਸਕਦੇ। ਤੇ ਮਗਰ ਕੀ ਹੈ ਬਈ? ਮਗਰ ਵੀਰੇ ਬੱਚਾ ਮੇਰੇ ਸਾਹਿਬ। ਮਗਰ ਬੱਚਾ? ਹਾਂਜੀ। ਠੀਕ ਆ, ਸੀਰ ਸਾਹੂ ਦਾ ਵੀਰੇ ਕੋਈ ਅੰਤ ਨਹੀਂ, ਬੱਚਾ ਸਾਡੇ ਕੋਈ ਵੀ ਨਾ ਸਾਡੇ ਹੈ ਨਾ, ਆਪਾਂ ਤਾਂ ਐਂ ਚੋਲੀ ਸੀਗੀ ਕਰਮ ਵਾਲੀ, ਐਂ ਬਹਿ ਜਾ ਬਾਈ ਯਾਰ, ਆਪਾਂ ਤਾਂ ਐਂ ਲਈਦਾ ਪਤੂ ਹੱਥ ਫੇਰ ਕੇ। ਠੀਕ ਆ, ਕੋਈ ਭੈਣ ਚੋਲੇ ਕੋਈ ਬੰਦਾ ਚੋਲੇ, ਠੀਕ ਆ ਨਾ, ਖਾਣਾ ਦੀ ਆਪਣੀ ਗਰੰਟੀ ਤੇ ਕੁਛ ਬੋਲਾ ਕੱਟਿਆ ਗਿਆ ਕੋਈ ਗਰੰਟੀ ਆ ਬਾਈ। 4 ਲੀਟਰ ਆ ਵੇਲਾ ਖਾਣਾ ਨੂੰ ਹੱਥ ਲਾਉਣ ਦਾ ਛੱਲ ਮਾਰੀ ਕਰਨ ਵਾਲੀ, ਇੰਨੀ ਠੰਡੀ ਬੱਚੀ ਐ ਜਿੰਨੀ ਕਹਿਲਾ। ਠੀਕ ਆ, ਸਹੀ ਆ ਜਿਹੜਾ ਵੀ ਮਗਰ ਯਾਦ ਕਰੂਗਾ। ਸੂਆ ਕਿੰਨਾ ਸੂਈ ਬਾਈ? ਇਹ ਵੀਰੇ ਦੂਜਾ ਸੂਆ ਸੂਈ ਆ, ਦੂਜਾ ਸੂਆ ਸੂਈ ਆ। ਤੇ ਹੁਣ ਬੋਲਾ ਮੰਨ ਕੇ ਕਿ ਧਾਰਾਂ ਜੀ ਇਹਦੇ ਕੀ ਹਿਸਾਬ ਕਿਤਾਬ? ਬੋਲਾ ਵੀਰੇ ਮੰਨ ਕੇ ਚੱਲ ਬੱਚੀ ਨੂੰ ਚੰਗਾ ਕੇ 4 ਲੀਟਰ ਮੈਂ ਸੂਆ ਚੋਇਆ। ਠੀਕ ਆ, ਹਾਂ ਥੋੜਾ ਕੜਾਇਆ ਲੇਕਿਨ ਜਿਆਦਾ ਸੀਗਾ, ਬੈਠਾ ਨਹੀਂ ਜਾਂਦਾ ਸੀ। ਠੀਕ ਆ, ਬਸ ਹੁਣ ਨਵਾਤੀ ਬਸ, ਤੇ ਸੂਈਆ ਮੰਨ ਕੇ ਚੱਲ 4 ਸੂਈ ਵੀ ਆ ਪਈ ਆ ਕਰਮ ਵਾਲੀ, ਜੇਰ ਬਸ 2 ਘੰਟੇ ਚ ਨਿਸ਼ੜਤੀ ਸੀ। ਠੀਕ ਹੈ, ਸਹੀ ਹੈ ਦੋਸਤੋ, ਜੇ ਤੁਸੀਂ ਦੇ ਸਕਦੇ ਹੋ ਮਗਰ ਬੱਚਾ ਵੀ ਚੰਗਾ ਗਾ, ਤੇ ਮੜਾ ਜਿਹਾ ਤੋਰ ਦਈਏ ਆਪਾਂ ਇਹਨੂੰ। ਦੋਸਤੋ ਇਹ ਸੱਜਰ ਸੂਈ ਹੈ, ਤੇ ਥੋੜਾ ਜਿਹਾ ਤੋਰ ਕੇ ਦਿਖਾ ਦਿੰਦੇ, ਕਈ ਵਾਰ ਜਾਨਵਰ ਬੱਚੇ ਦਾ ਕਰ ਜਾਂਦਾ ਸੱਜਰ, ਤੇ ਜਿਹੜੀ ਸੂਈ ਸਵਾਈ ਚੀਜ਼ ਹੈ ਤਾਂ ਤੁਹਾਡੇ ਸਾਹਮਣੇ ਆ ਜਾਣੀ, ਚੋਂਗੇ ਹਜੇ ਤਾਂ ਦੁੱਧ ਤੋਂ ਮੰਨ ਲਓ ਇਹਨੇ ਆਉਣਾ ਗਾ, ਪਰ ਤੁਹਾਨੂੰ ਥਣਾ ਥੁਣਾ ਦਾ ਪਤਾ ਲੱਗ ਜੂਗਾ, ਚਵਾਈ ਦਾ, ਚਵਾਈ ਤੁਸੀਂ ਦੇਖ ਸਕਦੇ ਹੋ, ਧਾਰਾਂ ਧੁਨਾ ਪਤਾ ਲੱਗ ਜਾਣੇ ਆ, ਖਵਾਨੇ ਦਾ ਸੋਨਾ ਹੈਗਾ ਇਹ ਤੋਂ, ਤੁਸੀਂ ਜੱਜਮੈਂਟ ਲਾ ਲਓ ਵੀ ਕਿੰਨਾ ਦੁੱਧ ਤੁਸੀਂ ਇਹ ਤੋਂ ਲੈ ਸਕਦੇ ਹੋ। ਅੱਗੇ ਨੂੰ ਵੀ ਖਵਾਨੇ ਦੀ ਤੱਕ ਚੰਗੀ ਆ, ਤੇ ਸੀਲ ਸਾਊ ਪੂਰਾ ਰੰਗ ਰੂਪ ਵੀ ਸੋਹਣਾ ਹੈਗਾ, ਸਹੀ ਹੈ। ਤੋਰ ਦੀ ਬਈ, ਤੋਰ ਦੀ, ਤੋਰ ਦੀ ਹੈ ਪਤਾ, ਸਾਈਡ ਤੋਂ ਦਿਖਾ ਦਿੰਦੇ ਦੋਸਤੋ, ਅੱਗੇ ਨੂੰ ਦੇ ਸਕਦੇ ਹੋ, ਹਵਾਨਾ ਫੁੱਟ ਵਾਂਗੂ ਅੱਗੇ ਨੂੰ ਵੀ ਆਉਂਦਾ ਹੈਗਾ, ਥਣਾਂ ਦੇ ਸਾਈਜ਼ ਵੀ ਸੋਹਣੇ ਆ, ਮੂਹਰਲੇ ਨਾ ਮੂਹਰਲਾ ਦੇਖੋ ਤੇ ਪਿਛਲੇ ਨਾ ਪਿਛਲਾ ਦੇਖੋ, ਹੈਕਸ ਜੇ ਹਵਾਨੇ ਦੀ ਆ ਦੋਸਤੋ, ਜਿਹਨੂੰ ਕਿ ਤੁਹਾਨੂੰ ਪਤਾ ਵੀ ਬਿਮਾਰੀ ਵੀ ਘੱਟ ਹੋ ਗਈ। ਹੁਣ ਜੱਜਮੈਂਟ ਤੁਸੀਂ ਲਾਉਣੀ ਆ ਵੀ ਕਿੰਨਾ ਦੁੱਧ ਤੁਸੀਂ ਇਹ ਤੋਂ ਲੈ ਸਕਦੇ ਹੋ। ਦੁੱਧ ਦੋਸਤੋ ਤੁਹਾਡੀ ਸੇਵਾ ਦਾ ਰਹਿਣਾ ਹੈਗਾ, ਨੇੜੇ ਤੋਂ ਸਾਈਡ ਤੋਂ ਵੀ ਦਿਖਾ ਦਿੰਦੇ, ਪਿੱਛੇ ਦੀ ਹਵਾਨਾ ਤੁਹਾਨੂੰ ਦਿਖਾ ਦਾ, ਤੇ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ। ਬਹਿ ਜਾ ਯਾਰ ਬਾਈ, ਇਹ ਲੱਤ ਮਾਰਦੀ ਬਾਲੀ ਖੰਡੀ, ਆਈ ਬਹਿ ਜਾ ਬਸ ਯਾਰ, ਜਿਹੜਾ ਵੀ ਲਊਗਾ ਬਸ, ਆਏ ਬੱਚਾ ਛੱਡਣ ਦੀ ਲੋੜ ਨਹੀਂ, ਆਈ ਆ ਕੇ ਪਾਸ ਕਰ ਦੇਵੇ, ਬਾਕੀ ਆਪਾਂ ਧਾਰਾਂ ਵੀ ਮਾਰ ਕੇ ਦਿਖਾ ਦਿੰਦੇ ਦੋਸਤੋ। ਧਾਰਾਂ ਬਾਈ ਨੇ ਮਾਰ ਦੇਣਾ, ਕੋਈ ਭੂ ਨਾ ਆਊਗਾ, ਕੋਈ ਛੱਟਾ ਨਾ ਆਊਗਾ, ਲੈਟਾਂ ਉੱਚ ਦੀ ਧਾਰ ਥੱਲੇ ਢਕਦੀ ਆ। ਠੀਕ ਆ, ਚਵਾਈ ਦੀ ਨੈਟ ਹੋ ਗਈ, ਸਹੀ ਨਾ, ਸਹੀ ਆ, ਖਾਣਾ ਦੀ ਓਕੇ ਆ ਵੀਰ। ਤੇ ਇਹਦਾ ਬਈ ਆਪਣਾ ਮੁੱਲ ਕੀ ਰਹਿਣਾ ਲੱਗਾ? ਇਹਦਾ ਮੁੱਲ ਵੀਰੇ 65,000 ਰੁਪਇਆ। 65,000 ਰੁਪਇਆ ਮਾਨਤਨ ਹੋ ਜੂਗਾ? ਮਾਨਤਨ ਵਿੱਚੋਂ ਕਰਾਂਗੇ। ਠੀਕ ਆ ਦੋਸਤੋ, 65,000 ਰੁਪਇਆ ਮਾਨਤਨ ਤੁਹਾਡਾ ਹੋ ਜੂਗਾ। ਦੋਸਤੋ ਸੌਦਾ ਲਾਉਣ ਦੀ ਖੇਚ ਲਾਉਣ ਤੁਸੀਂ ਕਰੋਗੇ। ਅੱਜ ਦੀ ਵੀਡੀਓ ਵਿੱਚ ਬਾਈ ਕੋਲੇ 4 ਨਗ ਆ, 1 ਨਗ ਸੂਆ ਸਵਾਇਆ ਸੱਜਰ ਸੂਈ ਆ, ਤੇ 3 ਗੱਭਣਾ ਇੱਧਰ ਆ, ਤੇ 1 ਆ ਜਰਸੀ ਆ ਕੱਚੀ ਆ ਮਹੀਨੇ ਦੀ।
ਜਿਹੜਾ ਨਗਰ ਜੱਜ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਅੱਜ ਵੀਡੀਓ ਬਣਾਉਣ ਦੀ ਡੇਟ ਵੀਰੇ ਦੱਸ ਦੇਗੇ ਵੀ 29 ਤਰੀਕ ਦੇ ਵਿੱਚ ਤੁਸੀਂ ਵੀਡੀਓ ਦੇਖੋਗੇ। ਇਹ ਦੇਖਣ ਦੀ ਦੱਸ ਦਿੰਦੇ ਹਾਂ ਤੁਹਾਨੂੰ 29 ਤਰੀਕ ਦੇ ਵਿੱਚ ਤੁਸੀਂ ਵੀਡੀਓ ਦੇਖੋਗੇ। ਨਵਾਂ ਮਹੀਨਾ 2024 ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਵੀਡੀਓ ਦੇਖਣ ਲਈ ਧੰਨਵਾਦ ਦੋਸਤੋ।